गुरदासपुर के पिंड छिन्ना रेलवाला के रहने वाले नौजवान मनजीत सिंह की अमरीका की किंग्स रिवर में डुबण नाल मौत हो गई है। मनजीत सिंह नाल यह हादसा तीन बच्चों डुबदे समय बचाउण कारण वापरिया है। जिक्रयोग है कि मृतक 3 साल पहला ही अमरीका गया सी अते कबड्डी का खिडारी सी। मनजीत की मौत तो बाद पूरे पिंड विच सोग की लहर फैल गई है। परिवार ने मांग की है कि उन्होंने पुत्र की मृतक देह को जल्द भारत लियाउण विच सरकार उन्हां दी मदद करे। ਇਹ ਕੱਲ੍ਹ ਖਬਰ ਆਈ ਆ ਜੀ, ਸਵੇਰੇ ਸਾਨੂੰ ਪਤਾ ਲੱਗਾ। ਇੱਦਾਂ ਦੋਸਤਾਂ ਦੇ ਨਾਲ ਜਾ ਰਹੇ ਸੀ ਗੱਡੀ 'ਤੇ, ਅਤੇ ਬੀਚ ਦੇ ਲਾਗੋ ਦੀ ਲੰਘ ਰਹੇ ਸੀ ਅਤੇ ਗੋਰੀ ਦੇ ਬੱਚੇ ਪਤਾ ਲੱਗਾ ਡੁੱਬ ਰਹੇ ਸੀ। ਉਹਨਾਂ ਨੂੰ ਵੇਖ ਕੇ ਇਹਦੇ ਕੋਲ ਰਿਹਾ ਨਹੀਂ ਗਿਆ, ਛਾਲ ਮਾਰ ਕੇ ਦੋ ਬੱਚੇ ਕੱਢ ਲਿਆਉਂਦੇ ਆ ਅਤੇ ਤੀਜੇ ਨੂੰ ਫਿਰ ਲੈਣ ਗਿਆ, ਅਤੇ ਤੀਜੀ ਵਾਰੀ ਨਾਲ ਹੀ ਆਪ ਜਾਂਦਾ ਰਿਹਾ। ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਡੀ ਡੈਡ ਬੋਡੀ ਜਿਹੜੀ ਆ ਸਾਨੂੰ ਇੱਥੇ ਲਿਆ ਕੇ ਸਾਡੇ ਹਵਾਲੇ ਕੀਤੀ ਜਾਵੇ। ਪੰਜਾਬੀ ਪੰਜਾਬੀ ਸਿੱਖ ਕੌਮ ਦਾ ਇੱਦਾਂ ਸਿਰ ਉੱਚਾ ਕੀਤਾ ਵਾ ਸਾਡੇ ਬੱਚੇ ਨੇ, ਉਹਦੇ ਵਾਸਤੇ ਸਾਡਾ ਸਰਕਾਰਾਂ ਨੂੰ ਚਾਹੀਦਾ ਵੀ ਸਾਡੇ ਬੱਚੇ ਦਾ ਕੋ ਸਨਮਾਨ ਕੀਤਾ ਜਾਵੇ। ਉਹਦੇ ਮਾਪਿਆਂ ਨੂੰ ਕੋਈ ਇਹੋ ਜਿਹੀ ਸੁਵਿਧਾ ਦੇ ਨਾਲ ਉੱਥੇ ਪਹੁੰਚਾਇਆ ਜਾਏ ਅਤੇ ਆਪਣੇ ਬੱਚੇ ਦੇ ਜਿਹੜੇ ਸੁਪਨੇ ਉਹ ਪੂਰੇ ਕਰ ਸਕਣ। ਬੱਚਾ ਸੀਗਾ ਜੋ ਕਿ ਸਾਡੇ ਨਗਰ ਨੂੰ ਇਹਦੇ ਚਲੇ ਜਾਣ ਨਾਲ ਬਹੁਤ ਜ਼ਿਆਦਾ ਘਾਟਾ ਪਿਆ, ਉਹਦੇ ਮਾਂ ਪਿਓ ਨੂੰ ਤਾਂ ਘਾਟਾ ਪਿਆ ਹੀ ਆ, ਪਰ ਜੋ ਘਾਟਾ ਸਾਡੇ ਪਿੰਡ ਨੂੰ ਸਾਡੇ ਨਗਰ ਨੂੰ ਪਿਆ ਉਹ ਤਾਂ ਬਹੁਤ ਦੁੱਖਦਾਇਕ ਆ। ਪਰ ਕਿਤੇ ਨਾ ਕਿਤੇ ਸਾਡੇ ਪੰਜਾਬੀਆਂ ਦੇ ਖੂਨ ਵਿੱਚ ਕਿਸੇ ਵਾਸਤੇ ਕੁਰਬਾਨੀ ਦੇਣ ਦਾ ਜਜ਼ਬਾ ਮਤਲਬ ਬਰਕਰਾਰ ਆ, ਅਤੇ ਉਹ ਵੀ ਇਹ ਸ਼ੋਅ ਕਰ ਗਿਆ ਵਾ ਵੀ ਅਜੇ ਵੀ ਪੰਜਾਬੀਆਂ ਦੀ ਜ਼ਮੀਰ ਜਿਹੜੀ ਆ ਉਹ ਜਾਗਦੀ ਆ, ਉਹ ਕਿਸੇ ਵਾਸਤੇ ਵੀ ਆਪਣੀ ਕੁਰਬਾਨੀ ਦੇ ਸਕਦੀ। ਗੁਰਦਾਸਪੁਰ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।